बिस्मिल्लाहिर्रहमानिर्रहीम अस्सलाम वालेकुम आसिफ सर उम्मीद कंस सर ठीक ठाक हो गए जो लोग शुरू असि सर जन गए हाँ वेले मुंडे के ब्याह से वेले मुंडे के ब्याह होकर असं वापस आ गए थे जिन्हें जिन्हें मेरी वीडियो ने ना वेखी वेले मुंडे के ब्याह की वो जाके वीडियो वेख लो तो अज असं चले जाए भाई जी बनाने की शेरवानी लैन शेरवानी पसंद करनी तो लैके आनी जे तो ना दुल्हन का लहंगा लैके आना जे दुल्हन जरा ब्याह लहंगा पाती ना वो लैके आना जे अज ना वेख के आवेंगे पसंद पसंद करके आवेंगे तो फिर किसी दिन जाके लै आवेंगे कार बार कर लीजिए कार से असं जाना शेरवानी लैन दुल्हन जोगा लहंगा भी देख के आना अबू जी दुल्हन जोगा कैमे का लहंगा वेखना फुल सोना जे तक लैनी मतलब कि सही होई हां जी सही पूरी आई तो लै लेंगे आर्डर देख आवेंगे कोई पसंद करके सोनी जी भाई जेब मूह वांग दी लैके आने शेरवानी मतलब शहर सियालकोट पहुंच गए कोई वड्डी जी दुकाने जाने शेरवानी आली पहली दुकान ची आ गए इतने थ्री पीस भी है जे जो कोई पसंद आया तो अपने जगह भी ले लांगे शेरवानी सोनी जी पांच रुपए कट 90,000 दी भाई देव इन का तो ढू ला नहीं 90,000 का गल पता की है हाँ जी मैंने आपको बताया ना कोई सस्ती चीज़ लो हम पहन लेंगे वो ब्रांड हो जाए चलो अगली दुकान चलते हैं अगली दुकान च देखिया पर इतने रेट ही बड़ा हम अगली दुकान में चलते हैं गड्डी पार्क करके ना फिर जाने भाई जब जो कि शेरवानी लैन हूँ कोई डंडा बाजार च आए जी असि ढे जोगे उतु लभनी है यार तुम दसा तो तू दूसरे पसंद आ गए ठीक है बलीमे मैक्सी वेखन ਅਜੀ ਵਾਸਤੇ ਲਹਿੰਗਾ ਪਸੰਦ ਆ ਗਿਆ ਜੇ ਤੇ ਲਹਿੰਗਾ ਲੈਣ ਲੱਗੇ ਜੇ ਹੁਣ ਬਾਈ ਜੀ ਇਹ ਦੁਲਹਨ ਵਾਸਤੇ ਆਹ ਵਾਲਾ ਲਹਿੰਗਾ ਲਿਆ ਜੇ ਪਸੰਦ ਕਰਕੇ ਸੋਹਣਾ ਹੈ ਨਾ ਤੁਹਾਨੂੰ ਪਤਾ ਹੈ ਤੁਸੀਂ ਪਸੰਦ ਕੀਤਾ ਅਸੀਂ ਤਾਂ ਨਹੀਂ ਲੈਣਾ ਤੁਸੀਂ ਆਖਿਆ ਅਸੀਂ ਲੈਣਾ ਹੋਰ ਕੋਈ ਲੈਣਾ ਨਹੀਂ ਤਾਂ ਵਾਸਤੇ ਲਿਆ ਨਹੀਂ ਤਾਂ ਅਸੀਂ ਅਗੇ ਘਰ ਚੱਲੇ ਲਹਿੰਗਾ ਲੈ ਲਿਆ ਜੇ ਦੁਲਹਨ ਜੋਗਾ ਜਾਂ ਜਨ ਚ ਪਾਣਾ ਹੁਣ ਬਲੀਮੇ ਵਾਲਾ ਸੂਟ ਲੈਣ ਲੱਗਦੇ ਮੈਕਸੀ ਨੇਰਾ ਪੈ ਗਿਆ ਜੇ ਤੇ ਬੋੜਾ ਮੈਨੂੰ ਗੱਡੀ 'ਚ ਕੱਲ੍ਹ ਛੜਿਆ ਜਾ ਤੂੰ ਗੱਡੀ 'ਚ ਬਹਿ ਸੇਬ ਤੁਸੀਂ ਸ਼ੇਰਵਾਨੀ ਪਸੰਦ ਕਰਕੇ ਲਿਆਉਂਦੇ ਹਾਂ ਵੇਖਦੇ ਹਾਂ ਹੁਣ ਕਿਹੜੀ ਸ਼ੇਰਵਾਨੀ ਲੈਂਦੇ ਨੇ ਸਾਡੀ ਸਲਾਹ ਸੀ ਸ਼ੇਰਵਾਨੀ ਲਾਂਗੇ ਅਤੇ ਲਹਿੰਗਾ ਪਸੰਦ ਕਰਕੇ ਆਵਾਂਗੇ ਪਰ ਲਹਿੰਗਾ ਲੈ ਲਿਆ ਅਤੇ ਹੁਣ ਮੈਨੂੰ ਲੱਗਦਾ ਸ਼ੇਰਵਾਨੀ ਨਹੀਂ ਲੱਭਣੀ ਹੋਣੇ ਜਿਵੇਂ ਲੱਗੇ ਨਾ ਤਕਰੀਬਨ ਅੱਡਾ ਕੋਈ ਕਿਲੋਮੀਟਰ 'ਚ ਫੈਲਿਆ ਇੱਕ ਕਿਲੋਮੀਟਰ 'ਚ ਅਸੀਂ ਤਕਰੀਬਨ ਸਾਰਾ ਹੀ ਫਿਰ ਛੜਿਆ ਅਤੇ ਅਜੇ ਤੱਕ ਪਸੰਦ ਨਹੀਂ ਆਈ ਕੋਈ ਵੀ ਅਤੇ ਮੈਂ ਦੁਆ ਮੰਗਣਾ ਪਿਆ ਪਸੰਦ ਆ ਜੇ ਕੰਮ ਤਾਂ ਮੁੱਕ ਜੇ ਨਾ ਨਹੀਂ ਤਾਂ ਕੱਲ੍ਹ ਫਿਰ ਆਉਣਾ ਪਏਗਾ ਘਰ 'ਚ ਬੈਠਾ ਜੇ ਬੋੜੀ ਆ ਗਏ ਜੇ नकली सोना भाभी का सारा समान ओके हो गया भाई जी बना रह गई शेरवानी ਉਹ ਕੱਲ ਆਣ ਕੇ ਲੈ ਜਾਵਾਂਗੇ ਅੱਜ ਸ਼ੇਰਵਾਨੀ ਲੈਣ ਆਇਆ ਤੇ ਸ਼ੇਰਵਾਨੀ ਰਹਿ ਗਈ ਬਾਕੀ ਸਭ ਕੁਝ ਲੈ ਲਿਆ ਜੀ ਭਾਈ ਦੇਵ ਚੰਗੇ ਬੰਦੇ ਸ਼ੇਰਵਾਨੀ ਲੈ ਕੇ ਨਹੀਂ ਆਏ ਉਹ ਤੂੰ ਆਪੀ ਕਹਿੰਦੇ ਆ ਸਸਤੀ ਲੈਣੀ ਸਸਤੀ ਲੱਭੀ ਨਹੀਂ ਮੈਂ ਹੁੰਦਾ ਮੈਂ ਲੈ ਨਹੀਂ ਮੈਨੂੰ ਤੁਸੀਂ ਕਾਰ ਚ ਕੱਲ ਛੜਿਆ ਉਸ ਦੇ ਵਿੱਚ ਨਾ ਇੱਥੇ ਮੁੱਲ ਨਹੀਂ ਦਿੰਦੇ ਤੇ ਕਹਿੰਦੇ ਕਿਰਾਏ ਚ ਹਾਂਜੀ ਅਸੀਂ ਲੈਣੀ ਹੈ ਮੁੱਲ ਹਾਂਜੀ ਉਹ ਮੈਂ ਕਹਿੰਦਾ ਕਿਰਾਏ ਚ ਲੈ ਲਈਏ ਕਿਉਂਕਿ ਮੁੱਲ ਲੱਭਣੀ 50,000 40,000 50,000 ਦਿੱਤੇ ਹਾਂਜੀ ਉਹ ਕਹਿੰਦੇ ਨੇ ਕਿਰਾਏ ਦਿੱਤੀ ਤਾਂ ਪਹਿਲਾਂ ਕਿਸੇ ਨੇ ਕਿ ਹੋਣੇ ਪਾਈ ਬਣੀ ਕਿੰਨੇ ਪਾਈ ਨਹੀਂ ਹਾਂਜੀ ਤੇ ਉਹ ਆਸ ਵਾਸਤੇ ਮੈਂ ਦੇਣਾ ਨਵੀਂ ਲੈਣੀ 0 ਮੀਟਰ ਲੈਣੀ शॉपिंग कर लीजिए तो नेरा पै गया हम चलिए घर वापस नू जिहड़ा जिहड़ी शै वास्ते सी आए हो लई नहीं शेरवानी बाकी सब कुछ ले लिया वेला जिहड़ी चीज लैण आया जिहड़ी सारन पहला वेखी ओनू केर पुछे नहीं
ਸ਼ਾਪਿੰਗ ਕਰਕੇ ਘਰ ਵਾਪਸ ਜਾਣ ਦੇ ਹਜੇ ਤੁਹਾਨੂੰ ਲੱਗ ਗਈ ਸੀ ਭੁੱਖ ਅਤੇ ਅਸੀਂ ਹੁਣ ਖਾਣਾ ਜੇ ਤਿੱਕੇ ਅਤੇ ਉਹਨੇ ਤਿੱਕੇ ਖਾਂਦੇ ਹਾਂ ਅਤੇ ਫਿਰ ਚੱਲਦੇ ਹਾਂ ਘਰ ਨੂੰ ਤਿੱਕਾ 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 ਘਰ ਪਹੁੰਚ ਗਏ ਅਤੇ ਹਨੇਰਾ ਪੈ ਗਿਆ ਟਾਈਮ ਹੋ ਗਿਆ 9 ਵਜੇ ਦਾ ਹੁਣ ਘਰ ਪਹੁੰਚੇ ਜੇ ਜਾਣ ਦਿਓ ਗੱਡੀ ਖਿਲਾਰ ਛੱਡੀ ਜੀ ਹੁਣ ਚੱਲੀਏ ਛੱਤ 'ਚ ਅੱਜ ਗਏ ਹਾਂ ਸ਼ਾਪਿੰਗ ਕਰਨ ਅਤੇ ਸਾਡੇ ਸਾਰਿਆਂ ਨਾਲ ਮੁਸ਼ਕਿਲ ਕੰਮ ਮੁਕਾਇਆ ਜੇ ਜਿਹੜਾ ਸਾਰਿਆਂ ਨਾਲ ਮੁਸ਼ਕਿਲ ਕੰਮ ਹੁੰਦਾ ਨਾ ਉਹ ਆਹੀ ਹੁੰਦਾ ਕਿ ਜਿਹੜਾ ਦੁਲਹਨ ਨੇ ਲਹਿੰਗਾ ਪਾਉਣਾ ਹੁੰਦਾ ਨਾ ਵਿਆਹ ਦਿਨ ਉਹ ਪਸੰਦ ਕਰਨਾ ਅਤੇ ਉਹ ਪਸੰਦ ਕਰਕੇ ਲੈਂਦਾ ਜੇ ਉਸ ਤੋਂ ਇਲਾਵਾ ਜਾਂ ਵਲੀਮੇ 'ਚ ਮੈਕਸੀ ਪਾਈ ਦੀ ਹੈ ਉਹ ਵੀ ਪਸੰਦ ਕਰ ਲਿਆਂਦੀ ਜੇ ਬਾਈ ਦੇਵਰਾਂ ਜਾਂ ਵਲੀਮੇ 'ਚ ਪਾਉਣਾ ਨਾ ਸੂਟ ਉਹ ਵੀ ਲੈਂਦਾ ਜੇ ਬਸ ਹੁਣ ਬਾਈ ਦੇਵਰਾਂ ਦੀ ਸ਼ੇਰਵਾਨੀ ਰਹਿ ਗਈ ਹੈ ਉਹ ਵੀ ਕੱਲ੍ਹ ਜਾਂ ਪਰਸੋਂ ਜਾਵਾਂਗੇ ਅਤੇ ਲੈ ਆਵਾਂਗੇ ਅਤੇ ਇਹਲਾ ਕੰਮ 'ਤੇ ਸਾਰਾ ਮੁਕਾਵਾਂਗੇ ਉਸ ਤੋਂ ਇਲਾਵਾ ਆਪਣੇ ਜੋਗਾ ਵੀ ਪਸੰਦ ਕਰਨਾ 3 ਪੀਸ ਲੈ ਕੇ ਆਉਣਾ ਆਪਣੇ ਜੋਗਾ 3 ਪੀਸ ਵੀ ਕਿਸੇ ਦਿਨ ਜਾਵਾਂਗੇ ਤਾਂ ਪਸੰਦ ਕਰਕੇ ਆਪਣੀ ਮਰਜ਼ੀ ਦਾ ਲੈ ਕੇ ਆਵਾਂਗੇ ਤਾਂ ਵਾਸਤੇ ਮੈਂ ਬਾਈ ਦੇਵਰ ਨੂੰ ਕਹਿੰਦਾ ਪਿਆ ਹਾਂ ਕਿ ਸ਼ੇਰਵਾਨੀ ਥੋੜ੍ਹੀ ਸਸਤੀ ਲਓ ਕਿ ਮੇਰੇ ਵਾਸਤੇ ਵੀ ਜ਼ਿਆਦਾ ਤੋਂ ਜ਼ਿਆਦਾ ਪੈਸੇ ਬਚਣ ਅਤੇ ਮੈਂ ਵੀ ਆਪਣਾ ਮਹਿੰਗਾ ਤੋਂ ਮਹਿੰਗਾ 3 ਪੀਸ ਲਾਂ ਘਰ ਆਣ ਕੇ ਦਾਦੀ ਹੋਣਾਂ ਨੂੰ ਕੱਪੜੇ ਵਹਾਉਣ ਦੇ ਜੇ ਜਿਹੜੇ ਲਏ ਨੇ ਦੁਲਹਨ ਨੇ ਪਾਣਾ ਦਾਦੀ ਜੀ ਕੱਪੜੇ ਦੱਸੋ ਕਿਵੇਂ ਦੇ ਨੇ ਖਰਾਬ ਕਰ ਛੱਡੋ ਦਾਦੀ ਜੀ ਆ ਭਾਈ ਦੇ ਬਣਾ ਦਾ ਸੂਟ ਜੇ ਜਿਹੜਾ ਵਲੀਮੇ ਚ ਪਾਣਾ ਸੋਹਣੇ ਵਾਲੀ ਏਡਾ ਸੋਹਣਾ ਤੁਹਾਡਾ ਮੁੰਡਾ ਨਹੀਂ ਜਿੰਨਾ ਸੋਹਣਾ ਸੂਟ ਲੈ ਆਂਦਾ ਨਕਲੀ ਮੈਂ ਆਪ ਹੀ ਲੈ ਕੇ ਆ ਮੈਂ ਕਿਹਾ ਸੀ ਨਾ ਸਮਝਦੇ ਰਹਿਣ ਕਿਤੇ ਅਸਲੀ ਏਡਾ ਭਾੜਾ ਕਿ ਲੋਕ ਤਾਂ ਸੋਹਣਾ ਹੀ ਲੈ ਆਏ ਨੇ ਵਿਆਹ ਵਾਸਤੇ ਨਕਲੀ ਜੇ ਆਹ ਚੈੱਕ ਕਰੋ ਆਹ ਪਰਸ ਵਧੀਆ ਕੰਮ ਯਾਰ ਇਹਦੇ 'ਚੋਂ ਪੈਸੇ ਕੱਢਣੇ ਨੇ ਵਿਆਹ 'ਚ ਬਾਅਦ ਤੁਸੀਂ ਦੁਲਹਨ ਕੋਲ ਖੋਲ ਲੈਣਾ ਹੁਣ ਬਾਈ ਦੇ ਆਪਣੀ ਖੋਲ੍ਹ ਕੇ ਦਿੰਦੇ ਨੇ ਜਦੋਂ ਉਦੋਂ ਪੈਸੇ ਹੋਣੇ ਨੇ ਉਦੋਂ ਹੱਥ ਵੀ ਲਾਉਂਦੇ ਨਾ ਪੈਸੇ ਜਮ੍ਹਾਂ ਕਰਨੇ ਨੇ ਹਾਂਜੀ ਵਿਆਹ ਦੇ ਜਮ੍ਹਾਂ ਕਰਕੇ ਵਹਾਓ ਹਾਂ ਰੱਖੋ ਸਲਾਮੀ ਇਹਦੇ ਵਿੱਚ ਰੱਖਾਂ ਹਾਂਜੀ ਪੈਸੇ ਹਾਂਜੀ ਲਿਆਂਦੇ ਨਹੀਂ ਹੋ ਦਾਦਾ ਜੀ ਪੈਸੇ ਦੇ ਪਾਓ ਦਾਦਾ ਜੇ ਵੀ ਨੂੰ ਪੈਸੇ ਕੱਢਦੇ ਫੇਰ ਦਾਦੇ ਨੂੰ ਪਤਾ ਹੋਰ ਕਾਹਦੀ ਇੱਥੇ ਜੰਗ ਲੱਗੀ ਦਾਦਾ ਜੀ ਪੈਸੇ ਦਾਦਾ ਜੀ ਹੈਲੋ ਮੈਂ ਦਿੰਦਾ ਤੁਹਾਨੂੰ ਪੈਸੇ ਹੈਲੋ ਹੈਲੋ ਆ ਮੈਨੂੰ ਵਿਆਹ 'ਚ ਦੇਖ ਰਹੇ ਹੋ ਮੈਂ ਸੁਣਨੇ ਨੇ ਚਲੋ ਦੁਲਹਨ ਦਾ ਤਾਂ ਸਾਰਾ ਕੰਮ ਹੋ ਗਿਆ ਜੇ ਦੁਲਹਨ ਦੀ ਬੜੀ ਵੀ ਲੈ ਆਉਂਦੀ ਹੈ ਦੁਲਹਨ ਦਾ ਜੰਜ ਵਾਲਾ ਸੂਟ ਵੀ ਲਿਆਉਂਦਾ ਵਲੀਮੇ ਵਾਲਾ ਵੀ ਲਿਆਉਂਦਾ ਬਾਈ ਦੇਵਰ ਦਾ ਵਲੀਮੇ ਵਾਲਾ ਸੂਟ ਆ ਗਿਆ ਬਸ ਹੁਣ ਬਾਈ ਦੇਵਰ ਦੀ ਮੈਕਸੀ ਰਹਿ ਗਈ ਫਿਰ ਵਿਆਹ ਦੀ ਸਾਰੀ ਤਿਆਰੀ ਕੰਪਲੀਟ ਹੋ ਜਾਣੀ ਆ ਕੱਪੜੇ ਵਾਲੇ ਕੰਪਲੀਟ ਹੋ ਜਾਣੀ ਆ ਦੂਲੇ ਦੀ ਆ ਅਤੇ ਦੁਲਹਨ ਦੀ ਆ ਅਤੇ ਬਾਕੀ ਸਾਡੇ ਰਹਿ ਜਾਂਦੇ ਅਸੀਂ ਰੋਜ਼ਾਨਾ ਕੋਈ ਨਾ ਕੋਈ ਜੇ ਕੋਈ ਰਹਿ ਗਿਆ ਤਾਂ ਵਿਆਹ ਵਾਲੇ ਦਿਨ ਵੀ ਜਾ ਕੇ ਲੈ ਆਵਾਂਗੇ ਫਿਲਹਾਲ ਵਾਲੇ ਵਲੋਗ ਨੂੰ ਕਰਨਾ ਉਮੀਦ ਕਰਦਾ ਚੰਗਾ ਲੱਗਾ ਜੇ ਚੰਗਾ ਲੱਗਾ ਤਾਂ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤ ਭਾਵ ਮੇਰੇ ਜਿਹੜੇ ਦੋਸਤ ਮੇਰੇ ਚਾਹੇ ਚਾਹੇ ਮੈਂ ਚੱਲ ਕਰੋ ਸਬਸਕ੍ਰਾਈਬ ਫਿਰ ਲੱਗੇ ਅਗਲੀ ਵੀਡੀਓ 'ਚ ਅੱਲਾ ਹਾਫੀਜ਼